ਕੀ ਹਾਲ ਚਾਲ ਨੇ ਮੇਰੇ ਭਰਾਵਾਂ ਦਾ? ਅੱਜ ਕੱਲ੍ਹ ਬਹੁਤ ਚੱਲਦਾ ਕਿ ਹਾਂਜੀ ਬਈ ਮੈਂ 10,000 ਦਾ ਆਈਫੋਨ ਦੇ ਤਾ, ਆਈਫੋਨ ਐਕਸ 10,000 ਦੇ ਤਾ, 12,000 ਦੇ ਤਾ, 8,000 ਤੇ ਦੇ ਦੇਣਾ। ਕਈ ਬੰਦੇ ਇਹ ਨਹੀਂ ਦੱਸਦੇ ਨਾ ਕਿ ਹਾਂਜੀ ਉਹ 'ਚ ਪ੍ਰੋਬਲਮ ਕੀ ਸੀ, ਜਾਂ ਉਹਦੀ ਫੇਸ ਐਡੀ ਬੰਦ ਸੀ, ਠੀਕ ਹੈ ਜੀ, ਜਾਂ ਉਹਦੀ ਡਿਸਪਲੇ ਕਾਪੀ ਸੀ, ਠੀਕ ਹੈ ਜੀ, ਜਾਂ ਉਹਦਾ ਬੈਕ ਲਾ ਚੇਂਜ ਸੀ। ਐਕਸ ਜਾਂ ਐਕਸ 12 ਪ੍ਰੋ ਮੈਕਸ ਹੋ ਗਿਆ ਨਾ, ਇਹ ਨਹੀਂ ਦੱਸਣਗੇ। ਬਸ ਇਹੀ ਦੱਸਦੇ ਹੁੰਦੇ ਆ, ਮਤਲਬ ਕਹਿ ਦਿਓ ਵੈਬਸਾਈਟ 'ਤੇ, ਇੰਸਟਾਗ੍ਰਾਮ ਹੋ ਗਿਆ, ਯੂਟਿਊਬ ਹੋ ਗਿਆ, ਸ਼ੋਰਟ 'ਚ, ਹਾਂਜੀ ਇਹ ਬਾਈ ਆਪਣੇ ਕਵਾਏ ਸੀਗੇ, ਆਪਾਂ ਬਾਈ ਨੂੰ ਐਕਸ ਦੇ ਤਾ ਜੀ, 8,000 ਦਾ, 10,000 ਦਾ ਐਕਸ ਦੇ ਤਾ। ਕਿ ਹਲੋ ਜੀ ਬਾਈ ਜੀ, ਆਪਾਂ ਬਾਈ ਬਹੁਤ ਦੂਰੋਂ ਆਏ ਸੀ, ਉਹਨਾਂ ਨੂੰ ਐਕਸ ਦੇ ਤਾ। ਹੁਣ ਉਹਨਾਂ ਨੇ ਇਹ ਨਹੀਂ ਦੱਸਿਆ ਵਿੱਚ ਵੀਡੀਓ ਦੇ, ਜਾਂ ਪੂਰੀ ਗੱਲ ਕਰਨ ਵੀਡੀਓ 'ਚ, ਬਾਈ ਸਾਡਾ ਫੋਨ ਪ੍ਰੋਪਰ ਆ, ਇਹਦੀ ਫੇਸ ਆਈਡੀ ਵੀ ਚੱਲ ਰਹੀ ਆ, ਇਹਦੀ ਡਿਸਪਲੇ ਵੀ ਜੈਨੂਨ ਆ, ਇਹਦਾ ਬੈਕ ਢੱਕਣ ਵੀ ਜੈਨੂਨ ਆ, ਸੈੱਟ ਖੁੱਲਿਆ ਨਹੀਂ ਕਦੀ। ਚਲੋ ਐਕਸ ਦੀ ਬੈਟਰੀ ਤਾਂ ਆਪਾਂ ਮੰਨਦੇ ਹਾਂ ਚੇਂਜ ਹੋਣੀ ਹੋਣੀ ਹੈ, 5-7 ਸਾਲ ਹੋ ਗਏ ਸੈੱਟ ਨੂੰ ਬੰਦ ਹੋਏ ਨੂੰ। ਹਾਂ ਵੀ ਪੂਰੀ ਗੱਲ ਕਰਿਆ ਕਰੋ ਕਿ ਹਾਂ ਵੀ 5-7 ਸਾਲ ਹੋ ਗਏ ਐਕਸ ਨੂੰ, ਬੈਟਰੀ ਨੂੰ ਬੰਦ ਨੂੰ, ਬੈਟਰੀ ਚੇਂਜ ਹੋ ਸਕਦੀ ਆ। ਹੁਣ ਆਪਣੇ ਵਰਗੇ ਬੰਦੇ ਕੀ ਕਰਦੇ ਹੋ, ਹਾਂ ਵੀ ਬਾਈ ਨੇ ਵੀ ਐਕਸ ਦੇ ਤਾ ਵੀ 8,000 ਦਾ, 10,000 ਦਾ, ਬੰਦੇ ਪਹੁੰਚ ਜਾਂਦੇ ਆ। ਉਸ ਤੋਂ ਬਾਅਦ ਦੇਖਦੇ ਭਾਅ ਜੀ ਫੇਸ ਆਈਡੀ ਨਹੀਂ ਚੱਲਦੀ, ਉਹ ਨਹੀਂ, ਜਾਂ ਬੈਕ ਲਾ ਚੇਂਜ ਆ, ਜਾਂ ਡਿਸਪਲੇ ਕਾਪੀ ਹੈ ਨਾ। ਇੱਦਾਂ ਸਾਡੀ ਮਾਰਕੀਟ 'ਚ ਵੀ ਇੱਦਾਂ ਹੀ ਬੰਦਾ ਹੈ। ਹੁਣ ਕਵਰ ਲਾਏ ਹੋਏ ਆ 99 ਦੇ, ਠੀਕ ਹੈ ਜੀ, ਬੜਾ ਵੀ ਹਾਂ, ਉੱਥੇ ਬੰਦੇ ਪਹੁੰਚ ਜਾਂਦੇ ਆ, ਬਾਅਦ 'ਚ ਉਹਨੂੰ ਨੈਗਟਿਵ ਕਮੈਂਟ ਆਉਂਦੇ ਆ, ਬਾਈ ਤੁਹਾਡੀ ਦੁਕਾਨ 'ਤੇ ਗਏ ਸੀਗੇ, ਤੁਸੀਂ ਤਾਂ 99 ਦੇ ਕਵਰ ਲਾਏ ਸੀ, ਜਦੋਂ ਤੁਹਾਡੀ ਦੁਕਾਨ 'ਤੇ ਪਹੁੰਚੇ 200 ਦਾ, ਆਹ 300 ਦਾ, 1,000 ਦਾ, ਹੈ ਨਾ, ਇੱਦਾਂ ਹੀ। ਇਸ ਕਰਕੇ ਨਾ ਜਿਹੜੀ ਵੀ ਵੀਡੀਓ ਪਾਉਣੀ ਹੈ ਨਾ, ਜੈਨੂਨ ਵੀਡੀਓ ਪਾਇਆ ਕਰੋ ਕਿ ਹਾਂ ਵੀ ਆਹ 99 ਦੇ ਕਵਰ ਪਾਏ ਹੋਏ ਆ, ਇਹ 'ਚ ਇੰਨਾ ਕੀ ਸਟੋਕ ਆ, ਇਹ ਚੀਜ਼ ਦਾ ਸਟੋਕ ਆ। ਹੁਣ ਦੇਖੋ, ਮੇਰੇ ਕੋਲ ਐਕਸ ਆ, ਅਗਲੇ ਨੇ ਪੱਲੋ ਤਾਂ ਨਹੀਂ ਦੇਣਾ, ਕੋਈ ਬੰਦਾ ਪੱਲੋ ਨਹੀਂ ਦੇ ਸਕਦਾ, ਮੇਰੇ ਤੋਂ ਐਕਸ ਆ, ਮੇਰਾ ਸੈੱਟ ਬਿਲਕੁਲ ਸਾਫ਼ ਆ, ਕੋਈ ਦਿੱਕਤ ਨਹੀਂ, ਬੈਟਰੀ ਚੇਂਜ ਕਰਾਈ, ਚਲੋ ਮੈਂ ਮੰਨਦਾ ਮੈਂ ਆਪਣੇ ਸੈੱਟ ਦੀ ਬੈਟਰੀ ਚੇਂਜ ਕਰਾਉ, ਮੈਂ ਕਿਉਂ 10,000 ਦਾ ਵੇਚੂੰਗਾ, ਮੈਂ ਵੇਚੂੰਗਾ, ਤੁਸੀਂ ਵੇਚੂੰਗੇ ਆਪਣਾ ਸੈੱਟ ਐਕਸ 8,000 ਦਾ ਜਾਂ 10,000 ਦਾ? ਨਹੀਂ ਵੇਚਦੇ। 7+ ਜਾਂ 7 ਲੈਣ ਚਲ ਜਾਓ ਮਾਰਕੀਟ 'ਚ, ਸਾਫ਼ ਸੁਥਰਾ ਪੀਸ, ਕੋਈ ਵੀ ਦਿੱਕਤ ਨਹੀਂ, ਚਲੋ 6-7 ਹਜ਼ਾਰ ਤੋਂ ਘੱਟ ਦਿੰਦੇ ਨਹੀਂ ਹੈਗੇ। ਅਤੇ ਦੂਜੀ ਗੱਲ ਆ, ਮੈਂ ਤੁਹਾਨੂੰ ਦੱਸਦਾ, ਐਕਸ ਦੀ ਅਪਡੇਸ਼ਨ ਵੀ ਬੰਦ ਹੋ ਗਈ ਹੈ, ਠੀਕ ਹੈ ਜੀ, ਐਕਸ ਦੀ ਅਪਡੇਸ਼ਨ ਵੀ ਬੰਦ ਹੋਈ ਹੋਈ ਹੈ, ਐਕਸ ਤੱਕ ਦੀ ਅਪਡੇਸ਼ਨ ਬਿਲਕੁਲ ਬੰਦ ਹੋ ਗਈ ਹੈ। ਮੰਨਦੇ ਹਾਂ ਚਲੋ ਦੇ ਵੀ ਦੇਣਗੇ, ਪਰ ਬਿਲਕੁਲ ਸਾਫ਼ ਨਹੀਂ ਦਿੰਦਾ ਕੋਈ। ਇਸੇ ਕਰਕੇ ਵੀਡੀਓ ਦੇਖ ਕੇ ਹਰੇਕ ਕੋ ਪਹੁੰਚਿਆ ਨਾ ਕਰੋ, ਫੋਨ ਕਰਿਆ ਕਰੋ, ਪਹਿਲਾਂ ਪੁੱਛਿਆ ਕਰੋ ਕਿ ਹਾਂਜੀ ਭਾਅ ਜੀ ਕੀ ਆ, ਕਵਰ ਵੀ ਦੱਸੇ ਪੁੱਛਿਆ ਕਰੋ ਕਿ 99 'ਚ ਕਿਹੜੇ ਕਵਰ ਆ, ਜਾਂ ਫੋਨ ਵੀ ਪੁੱਛਿਆ ਕਰੋ ਕਿ ਹਾਂ ਵੀ ਤੁਸੀਂ ਐਕਸ ਦਿੱਤਾ 10,000 'ਚ, ਉਹ 'ਚ ਕੁਛ ਚੇਂਜ ਤਾਂ ਨਹੀਂ ਸੀ? ਚਲੋ ਬੈਟਰੀ ਚੇਂਜ ਆ, ਡਿਸਪਲੇ ਓਰੀਜਨਲ ਆ, ਬੈਕ ਢੱਕਣ ਨਹੀਂ ਚੇਂਜ ਸੀ, ਫੇਸ ਆਈਡੀ ਚੱਲਦੀ ਪਈ ਆ, ਸਾਰੀ ਗੱਲ ਇਨਕੁਆਇਰੀ ਕਰਨ ਤੋਂ ਬਾਅਦ ਅਗਲੇ ਨੂੰ ਫੋਨ ਕਰਿਆ ਕਰੋ ਕਿ ਹਾਂਜੀ ਭਾਅ ਜੀ ਅਸੀਂ ਬਹੁਤ ਦੂਰੋਂ ਆਉਣਾ, ਸਾਨੂੰ ਦੱਸੋ ਇਸ ਚੀਜ਼ ਬਾਰੇ, ਕਿਉਂ ਕੋਈ ਚੇਂਜ ਤਾਂ ਨਹੀਂ ਹੈਗਾ। ਕੋਈ ਵੀ ਫੋਨ ਲੈਣਾ, ਪਹਿਲੀ ਗੱਲ ਤਾਂ ਕਸਟਮਰ ਨੂੰ ਕਿਸੇ ਚੀਜ਼ ਦਾ ਪਤਾ ਨਹੀਂ ਲੱਗਦਾ, ਜੇ ਤੁਸੀਂ ਚੈੱਕ ਵੀ ਕਰਾਉਣੀ ਹੋਵੇ ਕਿਸੇ ਵੀ ਦੁਕਾਨ ਦਾ, ਸਰਵਿਸ ਸੈਂਟਰ ਚਲ ਜਾਓ, ਫਰੀ ਦੱਸਦੇ ਆ ਉਹ ਕਿ ਹਾਂ ਵੀ ਆਹ ਚੀਜ਼ ਚੇਂਜ ਆ, ਆਹ ਚੀਜ਼ ਦਾ ਫਰਕ ਆ, ਸਰਵਿਸ ਸੈਂਟਰ ਚਲ ਜਾਓ। ਕਿਉਂ ਬਾਹਰੋਂ ਜਾਣਾ? ਕਿਉਂਕਿ ਨੋਰਮਲ ਕਸਟਮਰ ਨੂੰ ਕੁਛ ਵੀ ਨਹੀਂ ਪਤਾ ਹੁੰਦਾ, ਸਰਵਿਸ ਸੈਂਟਰ 1 ਮਿੰਟ 'ਚ ਕੇਵਲ ਲਾਉਣਗੇ, ਸਾਰਾ ਕੁਝ ਦੱਸ ਦੇਣਗੇ ਕੀ ਚੇਂਜ ਆ, ਹੁਣ ਉਹਨੂੰ ਹੱਥ 'ਚ ਫੜ ਕੇ ਪਤਾ ਲੱਗ ਜਾਂਦਾ ਕਿ ਬੈਗਲਾ ਚੇਂਜ ਹੈਗਾ ਕਿ ਨਹੀਂ ਹੈਗਾ, ਡਿਸਪਲੇ ਚੇਂਜ ਹੈਗੀ ਕਿ ਨਹੀਂ ਹੈਗੀ, ਕਾਪੀ ਤਾਂ ਨਹੀਂ ਪਾਈ ਸੋਰੀ। ਅਤੇ ਇਸ ਕਰਕੇ ਐਵੇਂ ਹੁਣ ਮੈਂ ਪੰਜਾਬੀ ਵਾਲਾ ਵਰਡ ਯੂਜ ਕਰਨ ਲੱਗਾ ਸੀ, ਬੇਵਕੂਫ ਨਾ ਬਣਾਇਆ ਕਰੋ, ਪਹਿਲਾਂ ਜ਼ਰੂਰ ਇੱਕ ਚੀਜ਼ ਦੀ ਧਿਆਨ ਰੱਖਿਆ ਕਰੋ, ਪੁੱਛਿਆ ਕਰੋ ਉਹਨੂੰ ਫੋਨ ਕਰਕੇ, ਕੋਈ ਚੀਜ਼ ਚੇਂਜ ਤਾਂ ਨਹੀਂ ਹੈਗੀ। 10 ਕਿਲੋਮੀਟਰ ਤੋਂ, 20 ਕਿਲੋਮੀਟਰ ਤੋਂ, 100 ਕਿਲੋਮੀਟਰ ਤੋਂ ਚੱਕ ਕੇ ਤੁਰ ਪਾਉਂਦੇ ਆ ਤੁਸੀਂ, ਬਾਅਦ 'ਚ ਪਤਾ ਲੱਗਦਾ ਕਿ ਹਾਂ ਵੀ ਇਹ ਚੀਜ਼ ਤਾਂ ਮੇਰੇ ਕੰਮ ਦੀ ਨਹੀਂ ਹੈਗੀ, ਫੋਨ ਕਰਿਆ ਕਰੋ। ਥੈਂਕਸ ਫੋਰ ਵਾਚਿੰਗ, ਮੈਂ ਰਿਪੇਅਰ ਦੀ ਵੀਡੀਓ ਬਹੁਤ ਪਾਉਂਦਾ ਯਾਰ, ਚੈੱਕ ਕਰਿਆ ਕਰੋ, ਠੀਕ ਹੈ, ਸਬਸਕ੍ਰਾਈਬ ਜ਼ਰੂਰ ਕਰ ਲਿਓ। ਥੈਂਕਸ ਫੋਰ ਵਾਚਿੰਗ।